ਬਿਲਕੁਲ ਦਾ ਆਗਾਜ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਖਬਰ ਜੰਮੂ ਕਸ਼ਮੀਰ ਤੋਂ। ਜੰਮੂ ਕਸ਼ਮੀਰ ਵਿੱਚ ਇੱਕ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨੂੰ ਨਾਕਾਮ ਕਰਤਾ ਗਿਆ। ਦੱਸਦੇ ਕਿ ਤੇ ਬਾਂਦੀਪੁਰਾ ਵਿੱਚ ਸੜਕ ਤੇ IED ਬਰਾਮਦ ਹੋਇਆ। ਸੋ ਜੰਮੂ ਕਸ਼ਮੀਰ ਵਿੱਚ ਇੱਕ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਰਚੀ ਗਈ ਸੀ ਲੇਕਿਨ ਉਸ ਨੂੰ ਨਾਕਾਮ ਕਰ ਦਿੱਤਾ ਗਿਆ। ਦੱਸਦੇ ਕਿ ਬਾਂਦੀਪੁਰਾ ਵਿੱਚ ਸੜਕ ਤੇ ਇਹ IED ਬਰਾਮਦ ਹੋਈ ਤੇ ਫੌਜ ਵੱਲੋਂ ਇਸ ਨੂੰ ਨਸ਼ਟ ਕਰਤਾ ਗਿਆ। ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਵੱਡਾ ਨੁਕਸਾਨ ਹੋ ਸਕਦਾ ਸੀ ਜਾਨ ਮਾਲ ਦਾ ਲੇਕਿਨ ਇੱਥੇ ਇਸ ਪੂਰੀ ਸਾਜ਼ਿਸ਼ ਨੂੰ ਨਾਕਾਮ ਕਰਤਾ ਗਿਆ। ਦੱਸਦੀ ਕਿ ਬਾਂਦੀਪੁਰਾ ਦੇ ਵਿੱਚ ਸੜਕ ਤੇ IED ਬਰਾਮਦ ਹੋਈ ਲੇਕਿਨ ਫੌਜ ਵੱਲੋਂ ਇੱਥੇ ਇਸ ਨੂੰ ਨਸ਼ਟ ਕਰਤਾ ਗਿਆ। ਜੇ ਸਮਾਂ ਰਹਿੰਦਿਆਂ ਇਸ ਨੂੰ ਨਸ਼ਟ ਨਹੀਂ ਕੀਤਾ ਜਾਂਦਾ ਤਾਂ ਵੱਡਾ ਨਿਸ਼ਾਨਾ ਜਿਹੜਾ ਬਣਾਇਆ ਗਿਆ ਸੀ ਸੁਰੱਖਿਆ ਬਲਾਂ ਨੂੰ ਵੱਡਾ ਜਾਨ ਮਾਲ ਦਾ ਨੁਕਸਾਨ ਇੱਥੇ ਹੋ ਸਕਦਾ ਸੀ ਲੇਕਿਨ ਜਿਸ ਤਰ੍ਹਾਂ ਜੰਮੂ ਕਸ਼ਮੀਰ 'ਚ ਲਗਾਤਾਰ ਅੱਤਵਾਦੀ ਜਿਹੜੀ ਗਤੀਵਿਧੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਅਤੇ ਸਾਜ਼ਿਸ਼ਾਂ ਵੀ ਰਚੀਆਂ ਜਾਂਦੀਆਂ ਨੇ ਤਾਂ ਜੋ ਵੱਡਾ ਜਾਨ ਮਾਲ ਦਾ ਨੁਕਸਾਨ ਹੋਵੇ। ਸਿਰਫ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ੍ਹਾਂ ਨਾਲ ਇੱਥੇ ਬਾਂਦੀਪੁਰਾ ਦੀ ਸੜਕ ਤੇ ਇਹ IED ਰੱਖੀ ਗਈ ਸੀ। ਇੱਕ ਵੱਡਾ ਨੁਕਸਾਨ ਕਰਨ ਦੀ ਸਾਜ਼ਿਸ਼ ਰਚੀ ਗਈ ਸੀ ਲੇਕਿਨ ਇੱਥੇ ਫੌਜ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ। ਸੋ ਇਹ ਨਸ਼ਟ ਕਰਨ ਦੀ ਤਸਵੀਰ ਜਿੱਥੇ ਕਿ ਬਾਅਦ ਵਿੱਚ ਧੂੰਏ ਦਾ ਗੁਬਾਰ ਜਿਹੜਾ ਹੈ ਹਵਾ ਦੇ ਵਿੱਚ ਨਜ਼ਰ ਆ ਰਿਹਾ ਲੇਕਿਨ ਜੋ ਨਿਸ਼ਾਨਾ ਰਚਿਆ ਗਿਆ ਸੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਤੇ ਵੱਡਾ ਜਾਨ ਮਾਲ ਦਾ ਨੁਕਸਾਨ ਇੱਥੇ ਹੋ ਸਕਦਾ ਸੀ ਲੇਕਿਨ ਸਮਾਂ ਰਹਿੰਦਿਆਂ ਫੌਜ ਵੱਲੋਂ ਇਸ ਨੂੰ ਨਸ਼ਟ ਕਰਤਾ ਗਿਆ, ਇਸ ਨੂੰ ਨਾਕਾਮ ਕਰਤਾ ਗਿਆ। ਦੱਸ ਦਈਏ ਕਿ ਬਾਂਦੀਪੁਰਾ ਵਿੱਚ ਸੜਕ ਤੇ IED ਬਰਾਮਦ ਹੋਈ ਔਰ ਨਿਸ਼ਾਨੇ ਤੇ ਸੀ ਜਵਾਨ, ਜਿਹੜੇ ਸੁਰੱਖਿਆ ਬਲਾਂ ਦੇ ਜਵਾਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਤਾਂ ਜੋ ਵੱਡੀ ਗਿਣਤੀ 'ਚ ਨੁਕਸਾਨ ਹੋਵੇ ਜਾਨ ਮਾਲ ਦਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ IED ਬਰਾਮਦ ਹੋਇਆ ਬਾਂਦੀਪੁਰਾ ਦੀ ਸੜਕ ਤੇ ਫੌਜ ਵੱਲੋਂ ਇਸ ਨੂੰ ਨਸ਼ਟ ਕਰਤਾ ਗਿਆ ਤੇ ਇੱਕ ਵੱਡੀ ਸਾਜ਼ਿਸ਼ ਜਿਹੜੀ ਦਹਿਸ਼ਤਗਰਦੀ ਰਚੀ ਗਈ ਸੀ ਉਸ ਨੂੰ ਨਾਕਾਮ ਕਰਨ ਦੇ ਵਿੱਚ ਇਹ ਕਾਮਯਾਬੀ ਮਿਲੀ ਹੈ। ਦਿਨੇਸ਼ ਸੂਦਨ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਦਿਨੇਸ਼, ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਸ ਤਰ੍ਹਾਂ ਦੀ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਲੇਕਿਨ ਇੱਥੇ ਜੋ ਬਾਂਦੀਪੁਰਾ ਵਿੱਚ IED ਰੱਖੀ ਗਈ ਸੀ ਇੱਕ ਵੱਡਾ ਜਾਨ ਮਾਲ ਦਾ ਨੁਕਸਾਨ ਦੀ ਸਾਜ਼ਿਸ਼ ਸੀ ਜਿਸ ਨੂੰ ਨਾਕਾਮ ਕਰਤਾ ਗਿਆ। जी आपको बता दें सुबह ही सुरक्षा बलों को एक बड़ी कामयाबी मिली है। सुरक्षा बलों को जो एक कामयाबी मिली है इसमें बताया जा रहा है कि IED और कुछ सिलेंडर जो है विस्फोटक सामग्री है उसे जो है सुरक्षा बलों की ओर से बरामद किया गया है क्योंकि लगातार जो सुरक्षा बलों को जो है लगातार इनपुट्स मिल रहे थे उसी के आधार पर जो सुबह बांडीपुरा का इलाका है वहां पर ये जो रिकवरी है वो की गई है जिसके बाद बम स्क्वाड टीम को बुलाया गया और IED को वहां पर जो है डिफ्यूज किया गया है। जी बिल्कुल, और इतने समा रहेंगे इस डिफ्यूज करता गया, नष्ट करता गया जिसकी तस्वीर भी असं देख पा रहे हैं लेकिन जे इस नहीं बरामद किया जाता तो वड्डा जान माल का नुकसान हो सकता सी। दिनेश जी जाहिर सी बात है जिस तरह से इतनी भारी मात्रा पे जो विस्फोटक सामग्री जो है वहाँ पे बरामद हुई है अगर ये वक्त रहते अगर सिक्योरिटी फोर्सेज इसे बरामद ना करती तो जाहिर सी बात है कि आतंकवादी जो है किसी बड़ी मंशा को लेकर ही इन्होंने ये IED वहाँ पे लगाई हुई थी। समय रहते ही जैसे ही सुरक्षा बलों को ये इनपुट्स मिला उसके बाद वहाँ पे तलाशी अभियान चलाया गया उसी दौरान ये IED वहाँ से रिकवर की गई और फिलहाल अभी राहत वाली बात यह है कि इस IED को डिफ्यूज कर दिया गया है। जी सो क्या इतने होर भी हुन कोई सर्च चलाई जा रही है ता जो इस तरह दी कोई होर भी साजिश ना कड़ी गई होवे? नहीं, आपको बता दें कि फिलहाल अभी कुछ देर पहले तक तो पूरे इलाके को सर्च किया जा रहा था। फिलहाल अभी जो सर्च है वो कंप्लीट हो गया उसके बाद जो बरामद की गई IED थी उसे जो है सेफ जगह पर लेकर वहां पे से इसको जो है इसको विस्फोट कर दिया गया। फिलहाल अभी इलाके में किसी भी प्रकार की ऐसी कोई चीज मौजूद नहीं है। जी जी दिनेश शुक्रिया फिलहाल दी जानकारी ली। सो एक बड़ा जड़ा है हादसा वापर सकदा सी, वड्डी दहशतगर्दी साजिश जड़ी है वो रची गई सी लेकिन उसनू नाकाम जड़ा है समा रहिंदिया कर दिता गया।